ਲੈ ਵੀ ਬਿੰਦਰਾ ਅੱਜ ਤੇਰੇ ਦੇ ਸ਼ੇਰ ਬਣਾਇਆ ਗਿਆ। ਕਹਿੰਦੇ ਉੱਠ ਬਿੰਦਰਾ ਸੱਤਿਆ, ਉੱਠ ਓਏ ਬਿੰਦਰਾ ਸੱਤਿਆ, ਫੜ ਚਾਹ ਦੀ ਬਾਟੀ, ਤੈਨੂੰ ਮੰਜੇ ਦੇ ਬੈਠੇ ਨੂੰ ਫੜਾਉਣਾ ਤੇਰੀ। ਆਹ ਦੇਖੋ ਭਾਣਾ ਕਰਤਾਰ ਦਾ, ਬਾਬਾ ਨਾਨਕ ਕਿਹਨੇ ਆਖਿਆ ਤੈਨੂੰ, ਕਿਹਨੇ ਕਰਾਇਆ ਕੁਛ? ਇਹਨਾਂ ਨੇ ਸਾਰਿਆਂ ਨੇ ਕਹਿ ਕਵਾ ਕੇ ਅੱਜ ਇਸ ਦੀ ਜਾਨ ਬਚਾ ਦਿੱਤੀ। ਨਹੀਂ ਅਸੀਂ ਇਸ ਬੰਦੇ ਦੀ ਜਵਾਨ ਵੀ ਵੱਢਦੇ ਨਾਲ, ਹੱਥ ਤਾਂ ਵੱਢਣੇ ਸੀਗੇ। ਅੱਗੇ ਤੋਂ ਬੇਨਤੀ ਹੈ ਸਾਰਿਆਂ ਦੇ ਚਰਨਾਂ ਵਿੱਚ ਵੀ ਵੱਧ ਤੋਂ ਵੱਧ ਇਹ ਵੀਡੀਓ ਵਾਇਰਲ ਕਰਿਓ ਭਾਈ, ਜਿਹੜਾ ਕੋਈ ਇਹੋ ਜਿਹੀ ਹਰਕਤ ਕਰਦਾ ਤਾਂ ਕਿ ਇਸ ਪਾਸੇ ਝਾਕ ਨਾ ਸਕੇ ਕੋਈ ਸਾਲਾ। ਜੇ ਕਿਸੇ ਦੀ ਕੋਈ ਲਾਗ ਡਾਟਾ ਸਿੱਧੀ ਕੱਢ ਲਓ, ਪਰ ਗੁਰੂਆਂ ਨੂੰ ਇਸ ਕੰਮ ਦੇ ਵਿੱਚ ਲੈਣ ਦੀ ਭਾਈ ਲੋੜ ਨਹੀਂ। ਇਹ ਨਾ ਆਖਿਓ ਵੀ ਸਾਰੇ ਸੁੱਤੇ ਪਏ, ਸਾਰੇ ਜਾਗੋ ਵਿੱਚ ਹੀ ਚ ਇਹੋ ਜਿਹੇ ਕੰਮ ਕਰ ਦਾਂਗੇ ਅਸੀਂ, ਕੋਈ ਫਿਕਰ ਨਾ ਕਰੋ ਇਹੋ ਜਿਹੇ ਗੱਲ ਦਾ। ਦੂਜੀ ਗੱਲ ਭਾਈ, ਇਸ ਨੇ ਜਿਹੜਾ ਵੀ ਕੰਮ ਕਰਿਆ ਉਹਨੂੰ ਹੁਣ ਪ੍ਰਸ਼ਾਸਨ ਸਜ਼ਾ ਦਿੰਦਾ ਜਾਂ ਛੱਡਦਾ, ਉਹ ਬਾਬਾ ਜੀ ਬੈਠੇ ਆ ਜਾਂ SHO ਸਾਹਿਬ ਨੂੰ ਵੀ ਕਹਿੰਦੇ ਹਾਂ ਜਾਂ DSP ਸਾਹਿਬ ਆਏ ਖੜੇ, ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਆ ਕੇ ਇੱਥੇ ਇਹਨਾਂ ਨਾਲ ਵਿਚਾਰ ਵਟਾਂਦਰਾ ਕਰੋ ਜੀ, ਬਾਬਾ ਜੀ ਕੋਲ ਆ ਜਾਓ। ਉਹਦਾ ਦੱਸਤਾ ਬਰਨਾਲੇ ਦਾ ਪੁੱਛ ਕੇ ਸਾਰਾ ਫਿਰ ਫਿਰ ਬਾਈ ਜੀ ਮੇਰੇ ਕੋਲ ਜਿਹੜੀ ਵੀਡੀਓ ਆਈ ਜੀ, ਮੇਰੇ ਕੋਲ ਜਿਹੜੀ ਵੀਡੀਓ ਗੁਰਪ੍ਰੀਤ ਦੀ ਆਈ ਜੀ, ਮੈਂ ਉਹ ਵਾਇਰਲ ਕੀਤੀ ਹੈ ਜੀ। ਠੀਕ ਹੈ, ਮੇਰੇ ਨਾਲ ਇਹਦੀ ਕੋਈ ਰੰਜਿਸ਼ ਸੀਗੀ ਜੀ, ਜਾਂ ਕਿ 3-4 ਦਿਨ ਪਹਿਲਾਂ ਮੇਰੇ ਕੋਲ ਵੀਡੀਓ ਆਈ ਸੀ ਜੀ। ਬਸ ਮੇਰੀ ਗਲਤੀ ਆ ਹੈ ਜੀ ਵੀ ਮੈਂ ਪ੍ਰਸ਼ਾਸਨ ਨੂੰ ਨਹੀਂ ਦੱਸ ਸਕਿਆ, ਕਿਸੇ ਗੁਰੂ ਘਰ ਨਹੀਂ ਦੱਸ ਸਕਿਆ ਜੀ। ਮੈਂ ਅਗਾਂਹ ਦੂਜੇ ਬੰਦੇ ਨੂੰ ਵੀਡੀਓ ਦਿੱਤੀ ਜੀ, ਉਸ ਬੰਦੇ ਨੇ ਅਗਾਂਹ ਵੀਡੀਓ ਵਾਇਰਲ ਕੀਤੀ ਹੈ, ਫਿਰ ਇਹਨੇ ਨਾਂ ਲਿਆ ਜੀ ਵਿੱਚ, ਮੈਂ ਇਹਤੇ ਪਰਚਾ ਕਟਾਊਂਗਾ, ਅੱਜ ਹੀ ਮੈਂ ਇਸ ਬੰਦੇ ਦੇ FIR ਕਟਾਊਂਗਾ। ਇਹਨੇ ਮੇਰਾ ਨਾਂ ਲਿਆ ਜੀ ਗੁਰੂਆਂ ਦੇ ਸ਼ਬਦਾਂ ਦੇ ਵਿੱਚ। ਉਮੀਦ ਕਰਦਾ ਕਿ ਮੈਨੂੰ ਵਰਤੀ ਜਾਵੇ ਤੇ ਕਾਨੂੰਨੀ ਕਾਰਵਾਈ ਜਿਹੜੀ ਹੋਈ ਹੈ ਮੇਰੀ ਸਜ਼ਾ ਜੋ ਜ਼ਰੂਰ ਮਿਲਦੀ। ਆਪਣੇ
ਬਾਬਾ ਗੁਰੂ ਨਾਨਕ ਸਿੰਘ ਜੀ ਬਾਰੇ ਜਾਂ ਮਰਦਾਨਾ ਜੀ ਬਾਰੇ ਮੈਥੋਂ ਗਲਤ ਸ਼ਬਦ ਮੂੰਹ 'ਚੋਂ ਵਰਤੋਂ ਹੋ ਗਈ, ਇਸ ਚੀਜ਼ ਦੀ ਮੈਨੂੰ ਮਾਫ਼ੀ ਦੇਈ ਜਾਵੇ। ਅੱਗੇ ਵਾਸਤੇ ਅੱਜ ਕੋਈ ਵੀ ਗਲਤੀ ਕਦੇ ਵੀ ਨਹੀਂ ਹੋਊਗੀ। ਜੋ ਪ੍ਰਸ਼ਾਸਨ ਦੱਸ ਦੇ ਗੱਲ ਕੀ